ਬਾਈ ਸੰਗਤਾਂ ਇੱਕ ਮਿੰਟ ਬਾਈ ਲਾਈਵ ਹੈ ਸੰਗਤਾਂ ਨੂੰ ਦੱਸੋ ਹੁਣ ਆਪਾਂ ਕਿੱਥੇ ਟਰੈਕਟਰ ਲੈ ਜਾਣੇ ਕਿੱਥੇ ਜਾਮ ਲੱਗ ਗਿਆ ਉਹ ਲੱਖਾਂ ਟਰੈਕਟਰ ਨੇ ਜਿਹੜੇ ਤੇ ਲੱਖਾਂ ਇੱਥੇ ਕਿਸਾਨ ਨੇ ਜਿਹੜੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਉੱਤਰਾਖੰਡ ਦੇ ਕਈ ਕਿਲੋਮੀਟਰ ਪਿੱਛੇ ਨੂੰ ਜਿਹੜਾ ਲੰਬਾ ਜਾਮ ਆ ਤੇ ਕਈ ਕਿਲੋਮੀਟਰ ਅੱਗੇ ਨੂੰ ਲੰਬਾ ਜਾਮ ਆ ਕਿਉਂਕਿ ਟਿੱਕਰੀ ਵਾਲੇ ਪਾਸੇ ਵੀ ਜਿਹੜੇ ਹਾਂਜੀ ਟਰੈਕਟਰ ਨੇ ਉਹ ਉੱਥੇ ਪਹੁੰਚ ਗਏ ਆ ਇਧਰੋਂ ਸਿੰਘੂ ਵਾਲੇ ਪਾਸੇ ਪਹੁੰਚ ਗਿਆ ਉੱਥੇ ਵਿਚਾਲੇ ਜਿਹੜੀ ਸਟੇਜ ਲੱਗੀ ਹੋਈ ਆ ਤੇ ਹੁਣ ਅਪੀਲ ਇੱਕ ਤਰ੍ਹਾਂ ਦਾ ਇਹ ਅੱਜ ਐ ਮੰਨ ਲਓ ਕਿ ਇੱਕ ਟ੍ਰੇਲਰ ਦਿਖਾਇਆ ਗਿਆ ਹਾਂਜੀ ਫਿਲਮ ਦਿਖਾਉਣੀ ਆ 26 ਨੂੰ 25 ਨੂੰ ਹਾਂਜੀ ਹਾਂਜੀ ਤਾਂ ਉਹਦੇ ਲਈ ਤਿਆਰੀ ਆ ਉਹਦੀ ਰਿਹਰਸਲ ਆ ਇੱਕ ਤਰ੍ਹਾਂ ਦੀ ਇਹ ਕਿ ਅਸੀਂ ਇਤੋਂ ਵੀ ਜ਼ਿਆਦਾ ਜੇ ਅੱਜ ਲੱਖ ਟਰੈਕਟਰ ਆਇਆ ਤਾਂ 26 ਨੂੰ ਘੱਟੋ ਘੱਟ 5 ਲੱਖ ਟਰੈਕਟਰ ਚਾਹੀਦਾ ਬਿਲਕੁਲ ਸੋ ਇਸ ਕਰਕੇ ਅਸੀਂ ਅਪੀਲ ਇਹੀ ਕਰਦੇ ਹਾਂ ਜਿਹੜੇ ਵੀ ਹਲੇ ਘਰਾਂ 'ਚ ਬੈਠੇ ਨੇ ਅਸੀਂ ਆਵਾਂਗੇ ਪੰਜਾਬ ਵੀ ਗੇੜਾ ਮਾਰਾਂਗੇ ਰਾਜਸਥਾਨ ਵਾਲਿਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਹਨੂੰਮਾਨਗੜ੍ਹ ਜ਼ਿਲ੍ਹੇ ਵਾਲੇ ਨੇ ਗੰਗਾਨਗਰ ਜ਼ਿਲ੍ਹੇ ਵਾਲੇ ਨੇ ਹਰਿਆਣੇ ਵਾਲੇ ਭਰਾਵਾਂ ਨੂੰ ਵੀ ਬੇਨਤੀਆਂ ਕਰਦੇ ਹਾਂ ਯੂਪੀ ਵਾਲੇ ਨੇ ਭਰਾ ਉੱਤਰਾਖੰਡ ਵਾਲੇ ਨੇ ਜਿਹਦੇ ਨੇੜੇ ਨੇੜੇ ਸੂਬੇ ਨੇੜੇ ਲੱਗਦੇ ਨੇ ਦਿੱਲੀ ਦੇ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਹੁਣ 26 ਨੂੰ ਨਾ ਮੇਰਾ ਵੀਰ ਸਾਰੇ ਕੰਮ ਕਾਰ ਆਪਣੇ ਨਿਬੇੜ ਲਿਓ ਜੋ ਵਿਆਹ ਸ਼ਾਦੀ ਆ ਉਦੋਂ ਪਹਿਲਾਂ ਹੀ ਕਰ ਲਿਓ ਉਹਨਾਂ ਦਿਨਾਂ ਦੇ ਵਿੱਚ 20 ਤੋਂ ਲੈ ਕੇ 25 ਦੇ ਵਿੱਚ ਕੋਈ ਵਿਆਹ ਜਿਹੜਾ ਜਾਂ ਕੋਈ ਹੋਰ ਪ੍ਰੋਗਰਾਮ ਨਾ ਵਿੱਢਿਆ ਜਾਵੇ ਤਾਂ ਕਿ ਆਪਾਂ ਉਸ ਦਿਨ ਪੰਜਾਬ ਦੇ ਵਿੱਚੋਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਰ ਘਰ ਦੇ ਵਿੱਚੋਂ ਇੱਕ ਛੋਟਾ ਟਰੈਕਟਰ ਆ ਵੱਡਾ ਠੀਕ ਲਾਉਣ ਵਾਲਾ ਖੜਾ ਹਲੇ ਲੱਗਦਾ ਕਿ ਮਾੜਾ ਮੋਟਾ ਕੋਈ ਕੰਡਮ ਹੋਇਆ ਵਾ ਟਰੈਕਟਰ ਆ ਹੁਣ ਆਪਾਂ ਨਾ ਮੇਰਾ ਵੀਰ ਸਾਰੇ ਉਹਦੀ ਕਰਾ ਲਓ ਰਿਪੇਅਰ ਵਗੈਰਾ ਤੇ 20 ਤਰੀਕ ਨੂੰ ਚਾਲੇ ਜਿਹੜੇ ਉਹ ਦਿੱਲੀ ਵੱਲ ਨੂੰ ਆਪਾਂ ਪਾ ਦੇਣੇ ਆ 26 ਨੂੰ ਆਪਾਂ ਇਹਨਾਂ ਨੂੰ ਦਿਖਾ ਦੇਣਾ ਕਿ ਜਿਹੜਾ ਤੁਹਾਨੂੰ ਲੱਗਦਾ ਸੀ ਨਾ ਕਿ ਲੋਕ ਤਾਂ ਥੱਕਣ ਲੱਗ ਗਏ ਲੋਕ ਤਾਂ ਅੱਕ ਗਏ ਅੱਜ ਆ ਦੇਖੋ ਲੋਕਾਂ ਦਾ ਕਿਵੇਂ ਜਾਹੋ ਕਿੰਨਾ ਜੋਸ਼ ਆ ਕਿੰਨਾ ਹੌਸਲਾ ਕਿੰਨੇ ਬੁਲੰਦ ਨੇ ਲੋਕ ਕਿ ਕਿੰਨੀਆਂ ਅਸੀਂ ਜਦੋਂ ਗੱਲਾਂ ਕਰਦੇ ਹਾਂ ਨਾ ਇੱਥੇ ਲੋਕਾਂ ਨਾਲ ਬਜ਼ੁਰਗ ਮਿਲਦੇ ਨੇ ਤਾਂ ਹਰ ਆਵਾਜ਼ ਇਹੀ ਨਿਕਲਦੀ ਆ ਕਿ ਜੋ ਮਰਜ਼ੀ ਹੋ ਜਾਏ ਯਾਰ ਜਿੱਤੇ ਬਿਨਾਂ ਵਾਪਸ ਨਹੀਂ ਜਾਣਾ ਜਿਹੜਾ ਲੱਗਦਾ ਮੋਦੀ ਨੂੰ ਕਿ ਤੁਸੀਂ ਤਰੀਕਾਂ ਦੇਈ ਜਾਂਦੇ ਹੋ ਤਰੀਕ 'ਤੇ ਤਰੀਕ ਪਾਈ ਜਾਂਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਤੁਹਾਨੂੰ ਇਹ ਮਹਿੰਗੀਆਂ ਹੁਣ ਬਾਈ ਆ ਲਾਈਵ ਪੀਜਾ ਮੋੜ ਲੱਗੇ ਕਿ ਨਾ ਆਪਾਂ ਹਾਂ ਆਪਦੇ ਟਿਕਾਣੇ ਤੇ ਗਾਣੇ ਦੇਖ ਲਾ ਦਿਖਾ ਮਾੜਾ ਆ ਉਹ ਤਾਂ ਸਾਰਾ ਵਿਖਾਤਾ ਦਿੱਲੀ ਦੀ ਇੱਕ ਦੇ ਝੋਟੇ ਨੱਚਦੇ ਬਿਆਨ ਕੇ ਤੇ ਮਾੜਾ ਦੱਸ ਦਿਓ ਤੁਸੀਂ ਸੰਗਤਾਂ ਨੂੰ ਕਿ ਆਉਣ ਦਾ 26 ਤਰੀਕ ਜਿਹੜੇ ਹਲੇ ਬੈਠੇ ਉਹਨਾਂ ਨੂੰ ਦਿਖਾ ਦੇਗਾ ਦੇਖ ਆ ਵੇਖੋ ਝੋਟੇ ਨੱਚਦੇ ਬਾਈ ਗੋਦੀ ਮੀਡੀਆ ਬਾਰੇ ਕਹੇ ਲੋਕੀ ਮਗਰ ਲੱਗਦੇ ਲੱਗਾ ਲੈ ਕੇ ਅੰਦਰਲਾ ਬ੍ਰੇਕ ਦੇ ਕੇ ਆਪਾਂ ਹਲੇ ਮੰਤਰੀ ਦੱਸਦੇ ਕਰਦੇ ਅਪੀਲ ਸਾਰਿਆਂ ਨੂੰ ਮੈਂ ਭਰਾਵੋ ਆ ਜਾਓ ਹੁਣ 26 ਤੋਂ ਪਹਿਲਾਂ ਪਹਿਲਾਂ ਫਿਲਮ ਦਿਖਾ ਦਈ ਆਪਾਂ ਇਹਨਾਂ ਨੂੰ ਝੋਟੇ ਨੇ ਝੋਟੇ ਝੋਟੇ ਨੱਚਦੇ ਕਿਵੇਂ ਆ ਕਰੋ ਗੱਲ ਝੋਟੇ ਨੱਚਦੇ ਝੋਟੇ